ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰਾਂ ਦੋਸਤਾਂ ਨੂੰ ਵੀਰ ਜੀ ਅੱਜ ਆਪਾਂ ਆਏ ਹੋਏ ਆ ਸੰਗਾਲਾ ਪਿੰਡ ਆ ਮਲੇਰ ਕੋਟਲੇ ਤੋਂ ਧੂਰੀ ਰੋਡ ਤੇ ਤੇ ਜੋਤੀ ਵੀਰ ਆ ਇਹਨਾਂ ਦੇ ਖੁੱਡੇ ਨੇ ਤੇ ਇਹ ਇਹਨਾਂ ਨੇ ਇੱਥੇ ਕਬੂਤਰ ਰੱਖੇ ਹੋਏ ਨੇ ਜੀ ਤੇ ਵੀਰ ਹੋਣਾ ਦੇ ਕਬੂਤਰ ਜੀ ਚੋਰੀ ਕਰਨ ਲਈ ਆ ਗਏ ਸੀ ਦੋ ਵਾਰ ਬੰਦੇ ਤੇ ਦੋਨੇ ਵਾਰ ਬਚ ਗਏ ਕਬੂਤਰ ਭੱਜ ਗਏ ਚੋਰ ਜੀ ਤੇ ਆਪਾਂ ਇੱਥੇ ਲਗਾਤਾ ਜੀ ਹੂਟਰ ਸਿਸਟਮ ਤੇ ਮੈਂ ਕਿਹਾ ਵੀਰ ਦੇ ਕਬੂਤਰਾਂ ਦਾ ਆਪਾਂ ਸ਼ੌਂਕ ਕਰਾਉਂਦੇ ਹਾਂ ਤੇ ਵੀਰ ਕੋਲ ਕਬੂਤਰ ਵਧੀਆ ਹੈਗੇ ਨੇ ਕੁਝ ਇਹਨਾਂ ਨੇ ਹੱਥ 'ਚ ਵੀ ਫੜੇ ਹੋਏ ਨੇ ਤੁਹਾਨੂੰ ਇਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਜੀ ਤੇ ਵੀਰ ਹੁਣੀ ਬਾਜ਼ੀਆਂ ਛੱਡਦੇ ਨੇ ਵਧੀਆ ਕਬੂਤਰ ਨੇ ਕਿਹੜੀਆਂ ਨਸਲਾਂ ਨੇ ਕਿੱਥੋਂ ਲੈ ਕੇ ਆਏ ਨੇ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਦਿੰਦੇ ਹਾਂ ਜੀ ਇਹ ਵੀਰ ਹੁਣੀ ਨੇ ਜੋਤੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਹੁਣਾਂ ਨੇ ਜੀ ਇੱਕ ਕਬੂਤਰ ਫੜਿਆ ਹੋਇਆ ਨੀਲਾ ਹੈ ਜੀ ਖੱਟੀਆਂ ਅੱਖਾਂ ਦਾ ਕਬੂਤਰੀ ਆ ਕਬੂਤਰੀ ਹੈ ਜੀ ਇਹ ਦੇਖੋ ਮੇਰੇ ਵੀਰ ਠੀਕ ਆ ਵੀਰ ਜੀ ਪੱਲਾ ਦਿਖਾਓ ਵੀਰ ਜੀ ਇਹਦਾ ਇਹ ਦੇਖੋ ਜੀ ਕਬੂਤਰੀ ਦਾ ਪੱਲਾ ਠੀਕ ਆ ਵੀਰ ਜੀ ਵਧੀਆ ਸੋਹਣੇ ਪਰਨੇ ਦਸਵੀਂ ਕਲੀ ਆ ਰਹੀ ਆ ਹਲੇ ਇਹ ਦੇਖੋ ਜੀ ਪੰਜੇ ਕਬੂਤਰੀ ਦੇ ਇਹ ਪੱਠੀ ਹੈ ਜੀ ਨਵੀਂ ਪਿਛਲੇ ਸਾਲ ਦੀ ਹੈ ਪਿਛਲੇ ਜਿੱਤੀ ਛਾਪੂ ਇਹ ਜਿੱਤੀ ਹੈ ਕਿਹੜੀ ਜਗ੍ਹਾ ਜਿੱਤੀ ਹੈ ਜੀ ਬੁਰਜ ਹਾਂ ਕਿੰਨੇ ਕਬੂਤਰ ਉੱਡੇ ਸੀ ਜੀ ਉੱਥੇ ਮੈਨੂੰ ਲੱਗਦਾ ਵੀਰੇ ਹੋਣਗੇ 40-45 ਹੋਣਗੇ 40-45 ਕਬੂਤਰ ਹੈਗੇ 40-45 ਕਬੂਤਰ ਸੀ ਉੱਥੇ ਠੀਕ ਆ ਠੀਕ ਆ ਤੇ ਸਾਂਝੀ ਹੋਈ ਸੀ ਇਹ ਵੀਰੇ 6 ਸਾਂਝੀ ਹੋਈ 6 ਸਾਂਝ ਸਾਂਝੀ ਹੋਈ ਹਾਂ ਠੀਕ ਆ ਠੀਕ ਕੱਲੀ ਟਾਂਗੀ ਚੜ ਗਈ ਜੀ ਇਹ ਕਿਹੜੇ ਕਬੂਤਰਾਂ ਉਹ ਵਿੱਚੋਂ ਹੈ ਜੀ ਕਬੂਤਰੀ ਇਹ ਆਪਾਂ ਵੀਰੇ ਲੈ ਕੇ ਆਂਦੇ ਸੀ ਪਸੌੜ ਮੁੰਡਾ ਆਪਣਾ ਅੱਛਾ 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 ਠੀਕ ਆ ਠੀਕ ਆ ਜੀ ਉਹ ਲੈ ਜੋੜਾ ਲੈ ਕੇ ਆਂਦਾ ਸੀ ਠੀਕ ਉਹਦੇ ਕਬੂਤਰਾਂ ਆਏ ਵਧੀਆ ਸੋਹਣੀ ਕਬੂਤਰੀ ਆ ਠੀਕ ਆ ਵੀਰ ਜੀ ਇਹ ਬਾਈ ਨੇ ਇੱਕ ਚਿੱਟਾ ਕਾਲੀਆਂ ਅੱਖਾਂ ਦਾ ਫੜਿਆ ਹੋਇਆ ਜੀ ਇਹ ਵੀ ਕਬੂਤਰੀ ਆ ਇਹ ਵੀ ਕਬੂਤਰ ਸਹੀ ਖੁੱਡੇ 'ਚ ਸਾਰੀਆਂ ਕਬੂਤਰੀਆਂ ਨੇ ਜੋੜੇ ਲੱਗੇ ਹੋਏ ਨੇ ਇਹ ਦੇਖੋ ਜੀ ਬਾਈ ਹੁਣਾਂ ਨੇ ਫੜੀ ਹੋਈ ਆ ਕਾਲੀਆਂ ਅੱਖਾਂ ਦੀ ਕਬੂਤਰੀ ਇੱਧਰ ਨੂੰ ਆਓ ਵੀਰੇ ਲਾਈਟ ਪੈਂਦੀ ਆ ਨਾ ਫਿਰ ਕਲੀਅਰ ਨਹੀਂ ਦਿਖਦਾ ਇਹ ਦੇਖੋ ਜੀ ਬਹੁਤ ਸੋਹਣੀ ਜੀ ਪਰਲਾ ਵੀ ਦਿਖਾਓ ਵੀਰ ਜੀ ਇਹਦਾ ਜੀ ਇਹ ਦੇਖੋ ਜੀ ਕਿੰਨੇ ਸੋਹਣੇ ਪਰਨੇ ਕੁਝ ਆ ਰਹੇ ਨੇ ਵਿੱਚ ਇਹ ਬਰੀਡਿੰਗ ਵੱਡੀ ਮਾਦੀ ਹੈ ਜੀ ਨਹੀਂ ਵੀਰੇ ਇਹ ਵੀ ਆਪਣੀ ਜਿੱਤੀ ਹੈ ਪਿਛਲੇ ਸਾਲ ਇਹ ਵੀ ਪਿਛਲੇ ਸਾਲ ਜਿੱਤੀ ਹੈ ਜੀ ਇਹ ਸ਼ਾਹ ਅੱਖੀ ਕਬੂਤਰੀ ਵੀ ਜਿੱਤੀ ਆ ਇਹ ਕਿੱਥੋਂ ਜਿੱਤੀ ਹੈ ਜੀ ਇਹ ਭੁੱਲ ਰੇੜੀ ਭੁੱਲ ਰਾ ਭੁੱਲ ਰੇੜੀ ਭੁੱਲ ਰੇੜੀ ਭੁੱਲ ਰੇੜੀ ਠੀਕ ਆ ਠੀਕ ਆ ਧੂਰੀ ਦੇ ਕੋਲ ਆ ਜੀ ਦੋਵਾਂ ਕਬੂਤਰਾਂ ਸਾਂਝੀ ਹੋਈ ਆ 7 ਵਜੇ ਬਾਜੀ ਨੇ ਫੜੀ ਆਈ ਇਹ ਦੇਖੋ ਜੀ ਇੱਕ ਆਪਣਾ ਸੀ ਇੱਕ ਬਿੱਲੇ ਮੇਲਾ ਲੈ ਗਿਆ ਸੀ ਇਹ ਕਬੂਤਰੀ ਦੇ ਪੰਜੇ ਜੀ ਕਾਲੀਆਂ ਅੱਖਾਂ ਦੀ ਕਬੂਤਰੀ ਆ ਬਾਹਲਾ ਵਧੀਆ ਦੇਖੋ ਜੀ ਇੱਕ ਹੋਰ ਚੀਜ਼ ਦਿਖਾਈ ਹੈ ਪੂਰੀ ਗੋਲ ਪਈ ਹੈ ਜੀ ਹੱਡੀ ਦੇਖੋ ਦਿਖਦੀ ਹੈ ਨਹੀਂ ਮਤਲਬ ਵੀਰ ਦੇ ਕਬੂਤਰ ਬਹੁਤ ਜ਼ਿਆਦਾ ਤੰਦਰੁਸਤ ਨੇ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਜੀ ਦੇਖੋ ਨਹੀਂ ਤਾਂ ਕਬੂਤਰਾਂ ਦੀ ਹੱਡੀ ਥੱਲੋਂ ਨੀਚੇ ਐਸੇ ਦਿਖਣ ਲੱਗ ਜਾਂਦੀ ਆ ਬਹੁਤ ਵਧੀਆ ਸੰਭਾਲ ਆ ਵੀਰ ਦੀ ਠੀਕ ਆ ਵੀਰ ਜੀ ਬਾਕੀ ਵੀਰੇ ਤੁਹਾਨੂੰ ਆਪਾਂ ਕਬੂਤਰਾਂ ਦਾ ਵੀਰਦਿਆਂ ਦਾ ਸਾਰਿਆਂ ਦਾ ਸ਼ੌਂਕ ਕਰਵਾਉਂਦੇ ਹਾਂ ਇਹ ਬਾਈ ਦੇ 5-6 ਖੁੱਡੇ ਨੇ ਜੀ ਇੱਥੇ ਇਹ ਦੇਖੋ ਜੀ ਨੇੜੇ ਤੋਂ ਵੀ ਦਿਖਾਉਂਦੇ ਹਾਂ ਜੀ ਤੁਹਾਨੂੰ ਸ਼ੌਂਕ ਬਾਈ ਦਾ ਬਹੁਤ ਸੋਹਣਾ ਆ ਤੁਹਾਨੂੰ ਕਿੱਦਾਂ ਦਾ ਲੱਗਦਾ ਇਹ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਹਰ ਏਰੀਏ ਦੇ ਕਬੂਤਰ ਜਿਹੜੇ ਤੁਹਾਨੂੰ ਦਿਖਾਵਾਂਗੇ ਕਬੂਤਰ ਕਿਸੇ ਵੀ ਆਪਾਂ ਖਿਡਾਰੀ ਕੋਲ ਚਲੇ ਜਾਈਏ ਜੀ ਵਧੀਆ ਤੋਂ ਵਧੀਆ ਦੇਖਣ ਨੂੰ ਮਿਲਦੇ ਨੇ ਜੀ ਬਾਕੀ ਨਸਲਾਂ ਦੀ ਪਹਿਚਾਣ ਜਿਹੜੀ ਹੈਗੀ ਆ ਵੀਰ ਹੌਲੀ ਹੌਲੀ ਕਰ ਜਾਣਗੇ ਜਿਹੜੇ ਨਵੇਂ ਖਿਡਾਰੀ ਨੇ ਮਤਲਬ ਸਿੱਖਣ ਨੂੰ ਉਹਨਾਂ ਨੂੰ ਕੁਝ ਨਾ ਕੁਝ ਤਾਂ ਮਿਲਦਾ ਹੀ ਹੈ ਜੀ ਉਸਤਾਦ ਬੰਦੇ ਜਿਹੜੇ ਹੈਗੇ ਆ ਕੁਝ ਨਾ ਕੁਝ ਦੱਸਦੇ ਰਹਿੰਦੇ ਨੇ ਅਸੀਂ ਜਿੰਨੇ ਵੀ ਉਸਤਾਦਾਂ ਦੇ ਕੋਲ ਜਾਈਦਾ ਕੁਝ ਨਾ ਕੁਝ ਪੁੱਛਣ ਦੀ ਜੀ ਆਪਾਂ ਕੋਸ਼ਿਸ਼ ਕਰੀਦੀ ਆ ਇਹ ਦੇਖੋ ਜੀ ਲਾਲ ਚੀਨਾ ਕਿੰਨਾ ਸੋਹਣਾ ਪੰਛੀ ਹੈ ਜੀ ਇਹ ਇੱਕ ਬੈੜਾ ਟੌਂਕ ਆਖ ਦੇ ਵਿੱਚ ਜੀ ਜਿਹੜਾ ਬੈਠਾ ਹੋਇਆ ਜੀ ਨੇੜੇ ਤੋਂ ਦਿਖਾਉਂਦੇ ਹਾਂ ਤੁਹਾਨੂੰ ਜੀ ਅੱਖ ਦੇਖੋ ਕਬੂਤਰ ਦੀ ਇੱਕ ਇਹ ਦੇਖੋ ਜੀ ਲਾਲ ਚੀਨਾ ਅੰਡੇ ਰੱਖੇ ਹੋਏ ਆ ਜੀ ਇਹਨਾਂ ਨੇ ਕਬੂਤਰੀ ਇਹ ਦੇਖੋ ਜੀ ਦੇਖੋ ਜੀ ਕੱਦ ਕਾਠ ਕਬੂਤਰਾਂ ਦੇ ਕਿੰਨੇ ਸੋਹਣੇ ਸਾਫ ਸੁਥਰੇ
वीर की संभाल कहने का मतलब बहुत ज्यादा है, सारा दिन लगभग इन्हां ते रहिंदे ने, वधिया बाजियां भी छड्डदे ने जी अपने एरिए दे विच, हर एरिए दे विच जी वधिया तो वधिया कबूतर वाजे पए ने, किते भी चले जाइए। वीर दे कबूतरां दा तुहानूं शौक करा रहे हैं, कबूतर किदां दे लगदे दसना जरूर जी। ये देखो जी एक डब्बा भी है जी, ये देखो जी एक नीली लाल बंद कबूतरी, ये देखो मेरे ये केड़े कबूतरां जो है, नीली कबूतरी है जी। ठीक है जी, सोने वीर पंछी जिन्ने भी हैगे ने, ये देखो जी अगे कच्चियां पीलियां दी है। ठीक है जी, ये वीर दे तुसी एक खुडे का शौक किया, तुहानू बाकी खुडियां का भी शौक करवाने जी। कुछ वीर ने कबूतर बाहर जालियां च भी पाए हुए ने जी, इन्हां दा भी तुहानू शौक करा दिंदे आ जी, उन्हां चों कढ ले जी, ये जालियां दे विच ही ने जी कबूतर, तुहानू दिखाण जा रहे हैं जी। ये देखो जी ये उड़ाउण वाले है जी, इस साल ये डब्बा भी उड़ाया होया जी, ये डब्बा भी उड़ाया, ये देखो जी ये नर ने, ये नर है जी जिहड़े तुसीं देख रहे हो, ये इस बार बाजियां दे विच उड़नगे जी। इहदे विच मादियां जी, ये तुहानूं हुण जो दिखाण जा रहे हैं जी, ये ने कबूतरियां, ये देखो जी ये नवीआं पट्ठियां ने जो हुण इस सीजन दे विच उड़नगियां जी। वीर ने कबूतर थोड़े रखे ने पर पूरे वधिया रखे ने, वधिया बाजियां छड्डदे ने जी। बाकी अपने वीरां नूं बेनती है कि अपना चैनल जिहड़ा विराट पिजन क्लब है जी, इहनूं सबसक्राइब जरूर करियो, जिहड़े वीरां ने अज तक नहीं कीता। आपां तुहानूं पंजाब दे हर कोने दा शौक कराउंदे रहांगे, तुहाडे वीरां दी मेहरबानी दे नाल ही अपना जिहड़ा चैनल है चल रिहा जी। परमात्मा सारे कबूतर वाए खिडारियों को तंदुरुस्ती बख्शे, चढ़दियाँ कला च रखे जी। ये कबूतरियाँ तो कबूतर जो उड़न गए बाजी दे विच वो तुहानू दिखाए गए ने जी, तो ये आ वीर दे खुडे, एक बार तुहानू दिखा दिए जी, सामने एक लाइन दे विच जिहड़े बाई ने बनाए हुए ने जी, कुछ बच्चे जिहड़े हैगे आ उपर जी पिंजरे च पाए हुए ने जी, ये देखो जी वीरे इन्हां नूं थल्ले करियो माड़ा जिहा दिखाने आ बच्चे भी, तुहानू बच्चों का भी शौक कराने जिहड़े बाई हुणां ने इस टाइम पिंजरे च पाए हुए ने जी। बहुत वड्डी टांगी है जी, बैंत दी लगदी आ टांगी, है ना जी, बैंत दी आ, डंडा बहुत सीधा रहिंदा इहदा जी। ये देखो जी बस इत्थे करा देना जी शौक आपां, ये देखो जी ये भी नवें बच्चे ने जी, ये लगे नहीं जी हाले, ये लगे जी, ये वड्डे कर ले ज्यादा, नहीं थोड़े जिहे बीमार हो गए जी। अच्छा ढिल्ले हो गए सी जी। ये देखो जी बाई दे बच्चे, छतरी जिहड़ी पीले रंग की लाई हुई है जी, बहुत सोहने वीर जी। ठीक है वीर जी कर दिओ इन्हां नूं तां, बाकी वीरे जिथे भी जावांगे तुहानूं शौक कराउंदे रहांगे। ये वीर दे कबूतर एक बार फिर तुसीं शौक कर लो, बहुत ही सोहने सोहने। एक ये देखो जी नीलियां दा जोड़ा, रत्ता कबूतर है जी, नीली कबूतरी आ, ये एक लाल सरा कबूतर जी, इहदा भी शौक करो जी। ये देखो एक ये डब्बी तुहानू दिखाने आ जी, ये देखो जी ये
ਕੀ ਅੰਡੇ ਤੇ ਬੈਠੀ ਹੋਈ ਹੈ ਜੀ ਕਬੂਤਰੀ ਵੀਰ ਦਾ ਸ਼ੌਂਕ ਕਿਦਾਂ ਦਾ ਲੱਗਾ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਨਵੀਂ ਵੀਡੀਓ ਛੇਤੀ ਤੋਂ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।